ਇਹ ਵੀਡੀਓ ਦਾ ਪਰਪਸ ਕੋਈ ਮਾਰਕੀਟਿੰਗ ਨਹੀਂ ਹੈ, ਕੋਈ ਇੱਦਾਂ ਦੀ ਚੀਜ਼ ਨਹੀਂ ਹੈ ਕਿ ਸਾਡਾ ਵੀਜ਼ਾ ਗ੍ਰਾਂਟ ਹੋ ਗਿਆ, ਜਸਟ ਪਿਓਰ ਫੋਰ ਅਵੇਅਰਨੈਸ, ਜਸਟ ਫੋਰ ਇਨਫੋਰਮੇਸ਼ਨ। ਇਹ ਸਰ ਸਾਡੇ ਕੋਲ ਆਏ, ਗੱਲਬਾਤ ਅਸੀਂ ਕਰ ਰਹੇ ਸੀ, ਅਤੇ ਇਹਨਾਂ ਨੂੰ ਪੁੱਛਿਆ ਜੀ ਤੁਸੀਂ ਕੀ ਕੀਤਾ? ਕਹਿੰਦੇ ਜੀ ਮੈਂ ਬੈਚਲਰ ਆਫ ਇੰਟਰਨੈਸ਼ਨਲ ਰਿਲੇਸ਼ਨਸ ਕੀਤੀ ਹੈ। ਮੇਰਾ ਅਗਲਾ ਕੁਐਸਚਨ ਸੀ ਕਿ ਇਹ ਕਰਨ ਤੋਂ ਬਾਅਦ ਤੁਸੀਂ ਕੀ ਸਿੱਖਿਆ? ਕਹਿੰਦੇ ਮੈਂ ਬਹੁਤ ਡਿਬੇਟਸ ਪਾਰਟੀਸਪੇਟ ਕੀਤਾ, ਉੱਥੋਂ ਦਾ ਹੈੱਡ ਵੀ ਰਿਹਾ, ਤਾਂ ਮੈਂ ਇੱਕੋ ਹੀ ਗੱਲ ਸਿੱਖੀ ਹੈ ਕਿ ਕੋਰਸ PR ਵਾਲਾ ਕਰਨਾ ਚਾਹੀਦਾ। ਸੋ ਗੱਲ ਸਾਡੇ ਦਿਲ ਨੂੰ ਜੱਚ ਗਈ, ਤਾਂ ਸਾਨੂੰ ਲੱਗਾ ਕਿ ਯਾਰ ਇਹਨਾਂ ਦੀ ਵੀਡੀਓ ਬਣਾਉਣੀ ਚਾਹੀਦੀ ਹੈ, ਜਿਹੜੇ ਸਾਡੇ ਭੈਣ ਭਰਾ ਇਹੋ ਜਿਹੇ ਕੋਰਸ ਕਰ ਰਹੇ ਨੇ, ਕਿ ਉਹਨਾਂ ਨੂੰ ਇਹ ਇਨਫੋਰਮੇਸ਼ਨ ਜਾਵੇ ਕਿ ਬੰਦਾ ਇੰਨਾ ਪੜ੍ਹ ਲਿਖ ਕੇ 8 ਬੈਂਡ ਲੈ ਕੇ ਇਹ ਗੱਲ ਕਰ ਰਿਹਾ, ਕਿ ਇਹ ਨਾ ਹੋਵੇ ਕਿ ਤੁਸੀਂ ਵੀ 3-4 ਸਾਲ ਬਾਅਦ ਸੇਮ ਹੀ ਗੱਲ ਦੁਹਰਾ ਰਹੇ ਹੋਵੋ। ਸੋ ਸਰ ਤੋਂ ਪੁੱਛਦੇ ਹਾਂ, ਸਰ ਜੀ ਦੱਸੋ। ਨਹੀਂ, ਆਈ ਫੀਲ ਲਾਈਕ ਹੀ ਸੈਡ ਦ ਰਾਈਟ ਥਿੰਗ ਐਂਡ ਨਾਓ ਵੀ ਆਨ ਅ ਗੁੱਡ ਪਾਥਵੇ ਐਂਡ ਹੋਪਫੁਲੀ ਆਲ ਗੋਜ਼ ਵੈਲ ਇਨ ਦ ਫਿਊਚਰ। ਸੋ ਇਹ ਇਨਫੋਰਮੇਸ਼ਨ ਉਹਨਾਂ ਲਈ ਹੈ ਕਿਉਂਕਿ ਸਾਨੂੰ ਟਾਈਮ ਟੂ ਟਾਈਮ ਇੱਦਾਂ ਦੇ ਬੱਚੇ ਮਿਲਦੇ ਨੇ ਜਿਨ੍ਹਾਂ ਨੂੰ ਪਤਾ ਵੀ ਹੁੰਦਾ ਹੈ ਕਿ ਜੋ ਲੈ ਕੇ ਆਏ ਨੇ ਉਹਦੇ ਵਿੱਚੋਂ ਕੁਛ ਅੱਗੇ ਨਿਕਲਣਾ ਨਹੀਂ ਹੈ, ਸੰਭਾਵਨਾ ਨਹੀਂ ਹੈ, ਫਿਰ ਵੀ ਉਹ ਇਸ ਕਰਕੇ ਸਟੱਕ ਰਹਿੰਦੇ ਨੇ ਕਿਉਂਕਿ ਬੈਕ ਉਹਨਾਂ ਦੇ ਪੇਰੈਂਟਸ, ਉਹਨਾਂ ਦੇ ਯਾਰ ਦੋਸਤ ਜਾਂ ਉਹਨਾਂ ਦਾ ਕੋਈ ਨਾ ਕੋਈ ਕਹਿੰਦਾ ਕਿ ਤੁਸੀਂ ਇਸ ਕੋਰਸ ਵਿੱਚ ਆਏ ਹੋ ਅਤੇ ਇਸ ਦੇ ਵਿੱਚ ਹੀ ਰਹਿਣਾ, ਕਿਉਂਕਿ ਤੁਸੀਂ ਇਹ ਕੋਰਸ ਪਹਿਲਾਂ ਕਰਨਾ, PR ਨੂੰ ਬਾਅਦ 'ਚ ਦੇਖਾਂਗੇ। ਸੋ ਜਸਟ ਅਵੇਅਰਨੈਸ ਲਈ ਸੀ ਜੀ। ਥੈਂਕ ਯੂ ਵੈਰੀ ਮੱਚ।